ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ, ਅਸੀਂ ਫਿਰ ਹਾਜ਼ਰ ਹੋਏ ਹਾਂ ਸਿੱਖ ਲੀਫ ਦਾ ਵੀਕਲੀ ਅਪਡੇਟ ਸ਼ੋਅ ਲੈ ਕੇ। ਸੰਗਤ ਜੀ, ਜਿਸ ਵਿੱਚ ਅਸੀਂ ਸਿੱਖ ਲੀਫ ਵੱਲੋਂ ਕੀਤੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹਾਂ, ਅਤੇ ਤੁਹਾਨੂੰ ਵੀ ਪਤਾ ਹੈ ਕਿ ਸਾਡਾ ਜਿਹੜਾ ਮੇਨ ਪ੍ਰੋਜੈਕਟ ਹੈਗਾ ਉਹ ਬੰਦੀ ਸਿੰਘਾਂ ਦੀ ਮਦਦ ਕਰਨਾ ਹੈ। ਅਤੇ ਅੱਜ ਅਸੀਂ ਸੰਗਤ ਜੀ ਤੁਹਾਡੇ ਨਾਲ ਗੱਲ ਕਰਾਂਗੇ। ਬਹੁਤ ਹੀ ਦੁਖਦਾਈ ਗੱਲ ਹੈਗੀ ਆ, ਖਬਰ ਹੈਗੀ ਆ ਕਿ ਜਿਹੜੇ ਕਿ ਸਾਡੇ ਇੱਕ ਬੰਦੀ ਭਾਈ ਵਰਿਆਮ ਸਿੰਘ ਜੀ, ਜਿਹੜੇ ਕਿ ਅਕਾਲ ਅਚਾਨਕ ਹੀ ਅਕਾਲ ਚਲਾਣਾ ਕਰ ਗਏ, ਉਹਨਾਂ ਬਾਰੇ ਅੱਜ ਮੈਂ ਭਾਈ ਸਾਹਿਬ ਜੀ ਨਾਲ ਗੱਲਬਾਤ ਕਰਾਂਗੀ। ਪਰ ਉਸ ਤੋਂ ਪਹਿਲਾਂ ਮੈਂ ਬਹੁਤ ਹੀ ਸਤਿਕਾਰ ਜੋ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ, ਉਹਨਾਂ ਦੇ ਨਾਲ ਫਤਿਹ ਦੀ ਸਾਂਝ ਕਰਦੀ ਹਾਂ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਮੇਨ ਪ੍ਰੋਜੈਕਟ ਹੈਗਾ ਬੰਦੀ ਸਿੰਘਾਂ ਦੀ ਮਦਦ ਕਰਨੀ, ਉਹਨਾਂ ਦੇ ਕੇਸ ਲੜਨੇ, ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨੀ ਹੁੰਦਾ ਹੈ। ਅਤੇ ਸਾਡੇ ਸਾਹਮਣੇ ਇੱਕ ਤੁਹਾਨੂੰ ਦੱਸਿਆ ਕਿ ਬਹੁਤ ਹੀ ਦੁਖਦਾਈ ਖਬਰ ਆਈ ਹੈ ਕਿ ਭਾਈ ਵਰਿਆਮ ਸਿੰਘ ਜੀ ਅਚਾਨਕ ਹੀ ਅਕਾਲ ਚਲਾਣਾ ਕਰ ਗਏ। ਸੋ ਉਹਨਾਂ ਬਾਰੇ ਮੈਂ ਅੱਜ ਭਾਈ ਸਾਹਿਬ ਜੀ ਕੋਲੋਂ ਵੇਰਵੇ ਦੇ ਨਾਲ ਪੁੱਛਾਂਗੀ ਕਿ ਉਹਨਾਂ ਨੂੰ ਭਾਈ ਸਾਹਿਬ ਜੀ ਬਾਰੇ ਕਦੋਂ ਪਤਾ ਲੱਗਾ, ਕਿੱਦਾਂ ਪਤਾ ਲੱਗਾ, ਅਤੇ ਉਹਨਾਂ ਦੀ ਕੀ ਮਦਦ ਸਿੱਖ ਲਈ ਫੋਲੋ ਕੀਤੀ ਗਈ। ਹਾਂਜੀ ਭਾਈ ਸਾਹਿਬ ਜੀ, ਬਹੁਤ ਹੀ ਦੁਖਦਾਈ ਖਬਰ ਆ ਕਿ ਜਿਹੜੇ ਕਿ ਆਪਣੇ ਵਨ ਆਫ ਬੰਦੀ ਹੈ ਨਾ ਭਾਈ ਵਰਿਆਮ ਸਿੰਘ ਜੀ ਅਕਾਲ ਚਲਾਣਾ ਕਰ ਗਏ। ਸੋ ਉਹਨਾਂ ਬਾਰੇ ਤੁਸੀਂ ਕੁਛ ਪਹਿਲਾਂ ਦੱਸਣਾ ਚਾਹੋ, ਅਤੇ ਫਿਰ ਮੈਂ ਤੁਹਾਨੂੰ ਅੱਗੇ ਗੱਲਬਾਤ ਜਾਣੀ। ਬਿਲਕੁਲ ਜੀ, ਭਾਈ ਵਰਿਆਮ ਸਿੰਘ ਜੀ ਜੋ ਕਿ ਕਾਫੀ ਲੰਮਾ ਸਮਾਂ ਜੇਲ੍ਹ 'ਚ ਰਹੇ ਨੇ, ਤਕਰੀਬਨ 26 ਸਾਲ ਉਹਨਾਂ ਦੀ ਜੇਲ੍ਹ ਬੰਦੀ ਆ। ਅਤੇ ਖਬਰ ਸਾਨੂੰ ਕੁਝ 4-5 ਦਿਨ ਪਹਿਲਾਂ ਮਿਲੀ ਸੀਗੀ, ਜਿਹਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਦਾ ਦੱਸਿਆ ਗਿਆ ਵੀ ਦਿਲ ਦੇ ਦੌਰਾ ਪੈਣ ਦੇ ਨਾਲ ਉਹਨਾਂ ਦੀ ਅਚਾਨਕ ਜਿਹੜੀ ਆ ਮੌਤ ਹੋ ਗਈ ਆ। ਅਤੇ ਬੜੇ ਗੁਰਮੁਖ ਸਵਾਲ ਇਹ ਸੀਗੇ, ਬਹੁਤ ਲੰਬਾ ਸਮਾਂ ਜਿਹੜਾ ਹੈਗਾ ਉਹਨਾਂ ਨੇ ਸੰਘਰਸ਼ ਇਹ ਆਪਣਾ ਜੇਲ੍ਹ ਦਾ ਜਿਹੜਾ ਕਿ ਕੁਆਟਰ ਆਫ ਸੈਂਚਰੀ ਕਹਿ ਲਓ, 26 ਸਾਲ ਜੀ ਗੌਰ ਤੇ ਮੂੰਹ ਨਾ ਕਹਿਣੇ ਛੋਟੀ ਗੱਲ ਨਹੀਂ, ਹਾਂਜੀ ਜਾਣ ਕੇ ਬਹੁਤ ਵੱਡੀ ਗੱਲ ਆ। ਹਾਂਜੀ, ਔਰ ਬੜੇ ਗੁਰਮੁਖ ਸਵਾਦ ਇਹ ਸੀ, ਕਿਉਂ ਅਸੀਂ ਤਾਂ ਬਾਅਦ 'ਚ ਉਹਨਾਂ ਨਾਲ ਗੱਲਬਾਤ ਵੀ ਕਰਦੇ ਰਹੇ, ਲੇਕਿਨ ਬੜੇ ਗੁਰਮੁਖ ਸਵਾਦ ਇਹ ਸੀਗੇ, ਬੜੇ ਠੰਡੇ ਨਰਮੇ, ਲੇਕਿਨ ਬੜੀ ਹੀ ਪੰਥ ਲਈ ਬਹੁਤ, ਕਿਉਂਕਿ ਪੰਥ ਦੇ ਹੀਰੇ ਸਨ। ਅਤੇ ਇਸ ਪਰ ਜਿੱਥੇ ਪਰਿਵਾਰ ਨੂੰ ਉਹਨਾਂ ਦਾ ਘੱਟ ਆਇਆ, ਹਾਂਜੀ ਉੱਥੇ ਮੇਰੇ ਖਿਆਲ ਸਮੁੱਚੇ ਪੰਥ ਦੇ ਵਿੱਚ ਵੀ ਅਸੀਂ ਸਮਝਦੇ ਹਾਂ ਵੀ ਘਾਟਾ ਪਿਆ ਹੈਗਾ। ਅਤੇ ਸਤਿਗੁਰ ਦੇ ਚਰਨਾਂ 'ਚ ਅਰਦਾਸ ਆ ਵੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਆ। ਹਾਂਜੀ, ਸੋ ਭਾਈ ਸਾਹਿਬ ਜੀ, ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਭਾਈ ਵਰਿਆਮ ਸਿੰਘ ਜੀ ਜੇਲ੍ਹ 'ਚ ਆ ਜਦੋਂ ਇਹਨਾਂ ਦਾ? ਹਾਂਜੀ, ਬੜੀ ਇੰਟਰਸਟਿੰਗ ਸਟੋਰੀ ਹੈ ਉਹ, ਬੜੀ ਦੁਖਦਾਈ ਸਟੋਰੀ ਹੈ ਮੈਂ ਕਹੂੰਗਾ, ਹੈ ਨਾ, ਕਿਉਂਕਿ ਇਹਨਾਂ ਦਾ ਜਿਹੜਾ ਪਤਾ ਲੱਗਣਾ ਹੈਗਾ, ਕਿਉਂਕਿ ਅਸੀਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਅਤੇ ਉੱਧਰ ਜਿਹੜੀਆਂ ਦਿੱਲੀ ਦੀਆਂ ਜੇਲ੍ਹਾਂ ਸਨ ਜਾਂ ਇੱਧਰ ਹੋਰ ਜੇਲ੍ਹਾਂ ਸਨ ਰਾਜਸਥਾਨ, ਅਸੀਂ ਇਹਨਾਂ 'ਚ ਕੰਮ ਕਰਦੇ ਸੀ, ਸਾਨੂੰ ਨਹੀਂ ਪਤਾ ਸੀ ਵੀ ਯੂਪੀ ਦੇ ਵਿੱਚ ਵੀ ਕੋਈ ਬੰਦੀ ਸਾਡਾ ਨਜ਼ਰਬੰਦ ਹੈਗਾ। ਅਤੇ ਇੱਕ ਭਾਈ ਮੇਜਰ ਸਿੰਘ ਜਿਹੜੇ ਕਿ 14 ਸਾਲ ਦੀ ਉਮਰ ਦੇ ਵਿੱਚ ਜਿਹਨਾਂ ਨੂੰ ਚੁੱਕ ਲਿਆ ਗਿਆ ਸੀਗਾ, ਅਤੇ ਉਹਨਾਂ ਨੂੰ ਨਜ਼ਰਬੰਦ ਕਰਤਾ ਸੀ, ਜੁਵਨਾਲ ਸੀਗੇ, ਜਾਣੀ ਕਿ ਗੈਲੋਪੇ ਹਲੇ ਉਹਨਾਂ ਦੀ ਉਮਰ ਵੀ ਨਹੀਂ ਸੀਗੀ ਜੇਲ੍ਹ 'ਚ ਸੱਟਣ ਦੀ, ਪਰ ਉਹਨਾਂ ਨੂੰ ਚੱਕ ਲਿਆ ਗਿਆ, ਜਿਨ੍ਹਾਂ ਨੇ 24 ਸਾਲ ਜੇਲ੍ਹ 'ਚ ਕੱਟੇ ਆਪਣੀ ਸਾਰੀ ਜ਼ਿੰਦਗੀ ਉਹਨਾਂ ਨੇ ਕੱਟੀ, ਜਾਣੀ ਕਿ ਪਰਿਵਾਰ ਦੀ ਬੜੀ ਕੁਰਬਾਨੀ, ਮੈਂ ਉਹ 'ਚ ਆਵਾਂਗਾ। ਅਤੇ ਭਾਈ ਮੇਜਰ ਸਿੰਘ ਦਾ ਜਦੋਂ ਅਸੀਂ ਕੇਸ ਲੜ ਰਹੇ ਸੀਗੇ, ਅਤੇ ਭਾਈ ਮੇਜਰ ਸਿੰਘ ਨੇ ਸਾਨੂੰ ਦੱਸਿਆ ਵੀ ਮੇਰੇ ਮਾਮਾ ਜੀ ਵੀ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ, ਅਤੇ ਅਸੀਂ ਉਹਨਾਂ ਨੂੰ ਪੁੱਛਿਆ ਸਾਰਾ ਵੇਰਵਾ ਵੀ ਸਾਨੂੰ ਦੱਸੋ ਅਸੀਂ ਉਹਨਾਂ ਦਾ ਵੀ ਕੁਛ ਕਰੀਏ। ਅਤੇ ਉਹ ਫਿਰ ਜਦੋਂ ਪਤਾ ਲੱਗਾ ਵੀ ਉਹ ਯੂਪੀ ਹਨ, ਫਿਰ ਟੀਮ ਨੂੰ ਯੂਪੀ ਭੇਜ ਕੇ ਉਹਨਾਂ ਦਾ ਵੇਰਵਾ ਇਕੱਠਾ ਕਰ ਕੀਤਾ। ਯੂਪੀ ਦੀ ਜੇਲ੍ਹ ਦੇ ਵਿੱਚ ਸਨ? ਯੂਪੀ ਦੀ ਜੇਲ੍ਹ ਦੇ ਵਿੱਚ ਸਨ, ਹਾਂਜੀ। ਸੋ ਉਦੋਂ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਸਨ ਜਾਂ ਪੰਜਾਬ ਦੇ ਵਿੱਚ ਜੇਲ੍ਹ ਸਨ? ਇਹਨਾਂ ਦਾ ਜਿੱਦਾਂ ਮੈਂ ਕਿਹਾ ਵੀ ਬੜਾ ਦੁਖਦਾਈ ਆ ਇਹਨਾਂ ਦਾ ਸਾਰਾ ਜਿਹੜਾ ਵਾਰ, ਮੈਂ ਥੋੜ੍ਹਾ ਵੇਰਵਾ ਤੁਹਾਨੂੰ ਦਿੰਦਾ ਤਾਂ ਕਿ ਸਾਂਝਾ ਕਰਨਾ ਚਾਹੁੰਦਾ, ਮੈਂ ਜੋ ਲਿਖ ਕੇ ਲਿਆ ਥੋੜ੍ਹਾ ਜਿਹਾ, ਤਾਂ ਕਿ ਪਤਾ ਲੱਗੇ ਸੰਗਤਾਂ ਨੂੰ ਵੀ ਇਸ ਪਰਿਵਾਰ ਦੀ ਕੁਰਬਾਨੀ ਕਿੱਡੀ ਵੱਡੀ ਆ। ਇਹਨਾਂ ਦੇ ਘਰ ਵਿੱਚ ਇੱਕ 90 ਸਾਲ ਦਾ ਬਸਣ ਸਿੰਘ ਸੀ ਜੀ, ਉਹਨਾਂ ਦੇ ਬਜ਼ੁਰਗਾਂ ਦੇ ਵਿੱਚੋਂ ਸੀਗੇ, ਅਤੇ ਉਹ 90 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਕੇਸ ਇੱਕ ਝੂਠਾ ਪਾ ਦਿੱਤਾ ਗਿਆ ਜਿਹਦੇ ਵਿੱਚ ਕੋਈ ਕਤਲ ਹੋਇਆ ਸੀਗਾ ਉੱਥੇ, ਅਤੇ ਉਹ ਇਹਨਾਂ ਕੋਲ ਜਾਣੀ ਕਿ ਸਿੰਗਾਉਂਦੇ ਜਾਂਦੇ ਹੋਣਗੇ ਪਹਿਲਾਂ ਜਦੋਂ ਉਹਨਾਂ ਦਹਾਕਿਆਂ ਦੇ ਵਿੱਚ, 80ਆਂ ਦੇ ਵਿੱਚ, 90ਆਂ ਵਿੱਚ, ਅਤੇ 90ਆਂ ਦੇ ਵਿੱਚ ਉਸ ਬਸਣ ਸਿੰਘ ਨੂੰ ਚੁੱਕ ਲਿਆ ਗਿਆ ਅਤੇ ਉਹ 'ਤੇ ਕੇਸ ਪਾ ਕੇ ਉਹਨੂੰ ਨਜ਼ਰਬੰਦ ਕਰ ਦਿੱਤਾ ਗਿਆ। ਭਾਈ ਬਸਣ ਸਿੰਘ ਇਹਨਾਂ ਦੇ ਪਰਿਵਾਰਕ ਮੈਂਬਰ ਸਨ, 97 ਸਾਲ ਦੀ ਉਮਰ ਵਿੱਚ ਉਹ ਜੇਲ੍ਹ ਦੇ ਵਿੱਚ ਚਲਾਣਾ ਕਰ ਗਏ, ਚਲਾਣਾ 90 ਸਾਲ ਦੀ ਉਮਰ ਦੇ ਸਨ, 97 7 ਸਾਲ ਦੇ ਵਿੱਚ ਉਹ ਘਰ ਨਹੀਂ ਆਏ, ਉੱਥੇ ਜੇਲ੍ਹ ਦੇ ਵਿੱਚ ਉਹਨਾਂ ਦੀ ਜਾਣੀ ਕਿ ਡੈਥ ਹੁੰਦੀ ਹੈ। ਹਾਂਜੀ, ਦੂਸਰੇ ਇਹਨਾਂ ਦੇ ਗੁਰਮੇਜ ਸਿੰਘ ਸਨ ਜੋ 1999 ਵਿੱਚ ਜਾਣੀ ਕਿ ਸਾਨੂੰ ਜਿਵੇਂ ਵੇਰਵਾ ਹੈਗਾ ਵੀ ਉਹਨਾਂ ਨੂੰ ਦਿਖਾਇਆ ਗਿਆ,
ਤੇ ਉਹ ਜਾਨੀ ਕਿ ਬੜੇ ਕੋਰਟ ਕਚਹਿਰੀਆਂ ਦੇ ਵਿੱਚ 12 ਸਾਲ ਉਹਨਾਂ ਨੂੰ ਚੱਕਣ ਜਦੋਂ ਹੋ ਗਏ ਸੀਗੇ 12 ਸਾਲ ਪਰਿਵਾਰ ਇਨਸਾਫ ਲੈਣ ਲਈ ਕੋਰਟਾਂ ਕਚਹਿਰੀਆਂ 'ਚ ਫਿਰਦਾ ਰਿਹਾ ਤੇ 12 ਸਾਲ ਬਾਅਦ ਉਹਨਾਂ ਨੂੰ ਕੋਈ ਮਾੜਾ ਮੋਟਾ ਇਨਸਾਫ ਮਿਲਿਆ। ਇਨਸਾਫ ਕੀ ਜਾਨੀ ਕਿ ਜਸਟਿਸ ਡਿਲੇਡ ਜਸਟਿਸ ਡਿਨਾਈਡ ਹਨ ਤੋ ਉਹ 12 ਸਾਲ ਬਾਅਦ ਉਹਨਾਂ ਦੀ ਬੰਦਖਲਾਸੀ ਹੋਈ। ਇਹ ਤੋਂ ਇਲਾਵਾ ਇਹਨਾਂ ਦੇ ਇੱਕ ਬਲਵਿੰਦਰ ਸਿੰਘ ਸੀਗੇ ਇਹਨਾਂ ਦੇ ਫੈਮਿਲੀ ਮੈਂਬਰ ਉਹਨੂੰ ਚੱਕ ਲਿਆ ਗਿਆ ਉਹਨਾਂ ਦਾ ਅੱਜ ਤੱਕ ਨਹੀਂ ਪਤਾ ਉਹ ਜਿਉਂਦੇ ਆ ਜਾਂ ਮਾਰ ਦਿੱਤੇ ਗਏ ਕਿੱਥੇ ਆ ਕੁਛ ਨਹੀਂ ਪਤਾ। ਹਾਂਜੀ ਸੇ ਮੇਜਰ ਸਿੰਘ ਜਿਹੜੇ ਸੀਗੇ ਮੈਂ ਜਿਵੇਂ ਦੱਸ ਸਕਦਾ 14 ਸਾਲ ਦੀ ਉਮਰ ਦੇ ਵਿੱਚ ਇਹ ਚੱਕ ਲਿਆ। ਪ੍ਰੋਫੈਸਰ ਜੀ ਇੱਕ ਹੀ ਕੇਸ ਦੇ ਵਿੱਚ ਸਾਰੇ ਸਨ ਜਾਂ ਕੋਈ ਵੱਖੋ ਵੱਖਰੇ ਕੇਸ ਝੂਠੇ ਇਹਨਾਂ ਤੇ ਪਾਏ ਗਏ? ਜਿਹੜੇ ਤਿੰਨ ਮੈਂ ਉੱਤੇ ਦੱਸੇ ਨੇ ਉਹਨਾਂ ਤੇ ਇਹ ਕੇਸ ਸਨ ਤੇ ਵਰਿਆਮ ਸਿੰਘ ਦੀ ਜਿਹੜੀ ਟ੍ਰੈਜਡੀ ਹੈਗੀ ਇਹ ਹੈਗੀ ਆ ਵੀ ਜਦੋਂ ਇਹਨਾਂ ਨੂੰ ਚੱਕਿਆ ਗਿਆ ਬੜੀ ਇੰਟਰਸਟਿੰਗ ਗੱਲ ਆ ਇਹਨਾਂ ਤੋਂ 20,000 ਰੁਪਈਆ ਜਿਹੜਾ ਹੈਗਾ ਉੱਥੇ ਦੇ ਪੁਲਿਸ ਵਾਲਿਆਂ ਨੇ ਮੰਗਿਆ ਉਹਨਾਂ ਦਿਨਾਂ ਦੇ ਵਿੱਚ ਸਮਿਆਂ ਦੇ ਵਿੱਚ ਰਿਸ਼ਵਤ ਕਹਿ ਲਓ ਜਾਂ ਹਾਂਜੀ ਰਿਸ਼ਵਤ ਲਈ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਤੁਸੀਂ ਸਾਨੂੰ 20,000 ਰੁਪਈਆ ਦੇ ਦਿਓ ਤੁਹਾਡਾ FIR 'ਚੋਂ ਨਾ ਕੱਢ ਦਾਂਗੇ ਤੇ ਭਾਈ ਬਰਿਆਮ ਸਿੰਘ ਕੋਲ 20,000 ਰੁਪਈਆ ਨਹੀਂ ਸੀਗਾ ਉਹਨਾਂ ਸਮਿਆਂ ਵਿੱਚ 20,000 ਕੋਈ ਮੈਨੇ ਰੱਖਦਾ ਸੀਗਾ। ਹਾਂਜੀ 20,000 ਨਾ ਦੇਣ ਦੀ ਬਦੌਲਤ ਉਹਨਾਂ ਨੂੰ 26 ਸਾਲ ਆਪਣੇ ਇਹ ਝੂਠੇ ਕੇਸ 'ਚ ਕੱਟਣੇ ਪਏ। ਸੰਗਤ ਜੀ ਇਹ ਸੋਚਣ ਵਾਲੀਆਂ ਗੱਲਾਂ ਨੇ ਜਿਹੜੀਆਂ ਅਸੀਂ ਤੁਹਾਡੇ ਕੋਲ ਹਰ ਹਫ਼ਤੇ ਕਰਦੇ ਹਾਂ। ਜਿਹੜੇ ਕੇਸ ਆਉਂਦੇ ਨੇ ਤੁਸੀਂ ਇਹਨਾਂ ਨੂੰ ਸੁਣ ਕੇ ਅੰਦਾਜ਼ਾ ਲਓ ਇੱਕ 20,000 ਰੁਪਈਏ ਦੇ ਬਦਲੇ ਇੱਕ ਚੰਗੇ ਗੁਰਮੁਖ ਪਿਆਰੇ ਪਰਿਵਾਰ ਨੂੰ 26 ਸਾਲ ਇੱਕ ਨਜ਼ਰਬੰਦ ਕਰਕੇ ਕਟਾ ਦੇਣੇ ਕਿੱਥੇ ਦੀ ਇਨਸਾਨੀਅਤ ਹੈ ਕਿੱਥੇ ਦਾ ਇਨਸਾਫ ਹੈ। ਤੇ ਕਿੰਨੀ ਸ਼ਰਮ ਵਾਲੀ ਗੱਲ ਵੀ ਕਹਿ ਲਓ ਕਿ ਕਿਸੇ ਪਰਿਵਾਰ ਮੈਂਬਰ ਨੂੰ ਪੈਸੇ ਦੀ ਬਿਲਕੁਲ ਹਨਾ ਤੇ ਜਾਣੀ ਕਿ ਕੋਈ ਇਨਸਾਫ ਨਹੀਂ ਉਹਨਾਂ ਨੇ ਬਥੇਰੇ ਦਰਵਾਜ਼ੇ ਖੜਕਾਏ। ਅਸੀਂ ਉਸ ਵੇਲੇ ਨਹੀਂ ਸੀਗੇ SOPW ਜਿਹੜੀ ਆ ਉਹ 2008 'ਚ ਸ਼ੁਰੂ ਹੁੰਦੀ ਆ ਪਰ 90ਆਂ ਦੀ ਗੱਲ ਮੈਂ ਕਰ ਰਿਹਾ ਜਦੋਂ ਕੋਈ ਸਿਸਟਮ ਨਹੀਂ ਸੀ ਬਣਿਆ ਇਸੇ ਕਰਕੇ ਸਾਨੂੰ SOP ਆਪਣੇ ਸਿੱਖ ਲਈ ਬਣਾਉਣੀ ਪਈ ਤਾਂ ਕਿ ਪੈਰਵਾਈ ਹੋ ਸਕੇ ਇਹਨਾਂ ਦੀ ਦੇਖਭਾਲ ਹੋ ਸਕੇ ਤੇ ਬਰਿਆਮ ਸਿੰਘ ਜੀ ਨੂੰ 20,000 ਨਾ ਦੇਣ ਦੀ ਬਦੌਲਤ 26,000 ਜਿਹੜੇ ਆ ਇਹ ਇਹਨਾਂ ਦੀ ਕੇਸ ਦੀ ਬੈਕਗਰਾਉਂਡ ਹੈ ਜੀ। ਹਾਂਜੀ ਹਾਂਜੀ ਸੋ ਭਾਈ ਸਾਹਿਬ ਜੀ ਉਸ ਜਦੋਂ ਤੁਸੀਂ ਹੁਣ ਦੱਸਿਆ ਕਿ ਪਰਿਵਾਰਕ ਮੈਂਬਰ ਕਾਫੀ ਸਨ ਇਹਨਾਂ ਦੇ ਜਿਹੜੇ ਜੇਲ੍ਹ ਦੇ ਵਿੱਚ ਸਨ ਡਿਫਰੈਂਟ ਕੇਸਾਂ ਦੇ ਵਿੱਚ ਤੇ ਨਜ਼ਰਬੰਦੀ ਦੌਰਾਨ ਇਹਨਾਂ ਦੀ ਪਰਿਵਾਰ ਦੀ ਸਿੱਖ ਲੀਫ ਵੱਲੋਂ ਮਦਦ ਸ਼ੁਰੂ ਹੋਈ ਕਦੋਂ ਸ਼ੁਰੂ ਹੋਈ? ਕਿਉਂਕਿ ਸਿੱਖ ਲੀਫ ਤੇ 2008 ਦੇ ਵਿੱਚ ਤੁਸੀਂ ਆਪਣੀ ਸ਼ੁਰੂ ਹੋਈ ਹੈ ਨਾ ਤੇ 90 ਦੇ ਵਿੱਚ ਅਰੈਸਟ ਹੋਏ ਤੇ ਫਿਰ ਕਦੋਂ ਤੁਹਾਨੂੰ ਪਤਾ ਲੱਗਾ ਤੇ ਕਦੋਂ ਜਦੋਂ ਅਸੀਂ ਨਾ ਮੇਜਰ ਸਿੰਘ ਦਾ ਕੇਸ ਕਰ ਰਿਹਾ ਸੀ ਤਾਂ ਮੇਜਰ ਸਿੰਘ ਦੇ ਪਰਿਵਾਰ ਦੀ ਮਦਦ ਸ਼ੁਰੂ ਹੋ ਗਈ ਸੀਗੀ। ਅੱਛਾ ਜੀ ਜਿੱਦਾਂ ਬਾਕੀ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਬੰਦੀਆਂ ਦੀ ਪਰਿਵਾਰ ਦੀ ਜੀ ਮਦਦ ਸ਼ੁਰੂ ਕਰ ਦਿੰਦੇ ਹਾਂ ਤੇ ਜਦੋਂ ਭਾਈ ਮੇਜਰ ਸਿੰਘ ਦੀ ਮਦਦ ਸ਼ੁਰੂ ਹੋ ਗਈ ਤੇ ਉਹਨਾਂ ਨੇ ਰਿਕੁਐਸਟ ਕੀਤੀ ਤੇ ਸਾਡੇ ਕੋਈ ਕੇਸ ਤਕਰੀਬਨ 2010 ਤੋਂ ਬਾਅਦ ਹੀ ਆਉਂਦਾ ਆ। ਅੱਛਾ ਜੀ ਤੇ ਉਸ ਵੇਲੇ ਫਿਰ ਅਸੀਂ ਆਪਣੀ ਟੀਮ ਭੇਜੀ ਉੱਥੇ UP ਦੇ ਵਿੱਚ ਇਹਨਾਂ ਦਾ ਪਰਿਵਾਰ ਦਾ ਹਾਲ ਚਾਲ ਪੁੱਛਿਆ ਦੇਖਿਆ ਤੇ ਉਸ ਵੇਲੇ ਫਿਰ ਅਸੀਂ ਜਿਹੜੀ ਆ ਮਹੀਨਾਵਾਰੀ ਮਦਦ ਆ ਜਿਹੜੀ ਜਿੱਦਾਂ ਬਾਕੀ ਪਰਿਵਾਰਾਂ ਨੂੰ ਕਰਦੇ ਹਾਂ ਉੱਦਾਂ ਹੀ ਫਿਰ ਇਹਨਾਂ ਦੀ ਮਦਦ ਵੀ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਅਸੀਂ। ਹਾਂਜੀ ਹਾਂਜੀ ਸੋ ਫਿਰ ਇਹਨਾਂ ਦਾ ਕੇਸ ਵੀ ਸਿੱਖ ਲਈ ਫੁੱਲੋ ਲੜਿਆ ਨਹੀਂ ਕੇਸ ਤਾਂ ਆਲਰੇਡੀ ਫੈਸਲਾ ਹੋ ਚੁੱਕਾ ਸੀਗਾ। ਅੱਛਾ ਕਿਉਂਕਿ ਕੇਸ ਦਾ ਫੈਸਲਾ ਸਾਡੇ ਤੋਂ ਆਉਣ ਤੋਂ ਪਹਿਲਾਂ ਹੀ ਹੋ ਚੁੱਕਾ ਸੀਗਾ ਉਹ ਜੇ ਉਹਨਾਂ ਨੂੰ ਜਿਹੜੀ ਸਜ਼ਾ ਸੀਗੀ ਹੋ ਚੁੱਕੀ ਸੀ ਉਸ ਵੇਲੇ ਕੁਛ ਨਹੀਂ ਹੋ ਸਕਦਾ ਸੀਗਾ ਕਿਉਂਕਿ ਜੇ ਤਾਂ ਕੇਸ ਚੱਲਦਾ ਹੁੰਦਾ ਤਾਂ ਫਿਰ ਅਸੀਂ ਵਕੀਲ ਹਾਇਰ ਕਰਦੇ ਫਿਰ ਉਹਨਾਂ ਨੂੰ ਉਹਨਾਂ ਦਾ ਕੁਛ ਕਰਦੇ ਉਹ ਉਹਨਾਂ ਨੇ ਬਹੁਤ ਸਾਰੀ ਆਪਣੀ ਜਿਹੜੀ ਆ ਜਿਹੜੀ ਆ ਜੇਲ੍ਹ ਯਾਤਰਾ ਤਕਰੀਬਨ ਮੇਰੇ ਖਿਆਲ ਉਸ ਵੇਲੇ ਜੇ ਹਿਸਾਬ ਨਾਲ ਦੇਖੀਏ ਤਾਂ ਉਹਨਾਂ ਨੇ 22-23 ਸਾਲ ਭੁਗਤ ਹੀ ਲਏ ਸੀਗਾ। ਅੱਛਾ ਭੁਗਤ ਲਏ ਸਨ ਲੇਕਿਨ ਪਰ ਇਹ ਸੀਗਾ ਵੀ ਪਰਿਵਾਰ ਜਿਹੜਾ ਸੀਗਾ ਬੜੀ ਜਿਹੜੀ ਮਾੜੀ ਹਾਲਾਤ 'ਚ ਸੀਗਾ ਸੋ ਉਸੇ ਵੇਲੇ ਅਸੀਂ ਜਿਹੜੀ ਆ ਉਹਨਾਂ ਦੀ ਪਰਿਵਾਰ ਦੀ ਜਿੱਦਾਂ ਬਾਕੀ ਬੰਦੀਆਂ ਦੀ ਸਿੰਘਾਂ ਦੀ ਆਪਾਂ ਮਦਦ ਕਰਦੇ ਹਾਂ ਇੱਦਾਂ ਹੀ ਉਹਨਾਂ ਦੀ ਵੀ ਮਹੀਨਾਵਾਰੀ ਜਿਹੜੀ ਆ ਮਦਦ ਸ਼ੁਰੂ ਹੋ ਗਈ ਸੀਗੀ। ਪਰ ਭਾਈ ਸਾਹਿਬ ਜੀ ਭਾਈ ਬਰਿਆਮ ਸਿੰਘ ਜੀ ਕਦੋਂ ਜੇਲ੍ਹ 'ਚੋਂ ਛੁੱਟ ਕੇ ਕਿਹੜੇ ਸਨ ਦੇ ਵਿੱਚ ਕਦੋਂ ਬਾਹਰ ਆਏ ਸਨ? ਉਹ ਆਏ ਨੇ 90ਆਂ ਦੇ ਗਏ ਹੋਏ ਨੇ ਅਤੇ ਉਹ ਤਕਰੀਬਨ 2015 ਦਸੰਬਰ ਦੀ ਗੱਲ ਹੈ ਮੈਂ ਕਿਹਾ 2015 ਦਸੰਬਰ ਦੇ ਵਿੱਚ ਇਹਨਾਂ ਦੀ ਰਿਹਾਈ ਹੁੰਦੀ ਆ। ਅੱਛਾ ਜੀ ਸੋ ਫਿਰ ਉਹਨਾਂ ਦੀ ਮਦਦ ਜਦੋਂ ਨਜ਼ਰਬੰਦ ਸਨ ਉਦੋਂ ਤੋਂ ਹੀ 2010 ਤੋਂ ਲੈ ਲਓ ਵੀ 5 ਸਾਲ ਜਿਹੜੀ ਉਹਨਾਂ ਦੇ ਪਰਿਵਾਰ ਦੀ ਦੇਖਭਾਲ ਕਰਦੇ ਰਹੇ ਹਾਂ। ਉਹਨਾਂ ਨੂੰ ਹੋਰ ਵੀ ਲੋੜਾਂ ਸੀ ਉਹਨਾਂ ਦੀਆਂ ਉਹ ਵੀ ਆਪਾਂ ਅੱਗੇ ਜਾ ਕੇ ਦੱਸਾਂਗੇ। ਹਾਂਜੀ ਜ਼ਰੂਰ ਉਹਨਾਂ ਨੂੰ ਜਦੋਂ ਵੀ ਪੰਜਾਬ ਵਿੱਚ ਉਹਨਾਂ ਦਾ ਪਰਿਵਾਰ ਆਉਂਦਾ ਸੀ ਉਹਨਾਂ ਨੂੰ ਮਦਦ ਦੇਈਦੀ ਸੀਗੀ। ਹਾਂਜੀ ਸੋ ਭਾਈ ਸਾਹਿਬ ਜੀ ਹੁਣ ਜਿੱਦਾਂ ਉਹਨਾਂ ਦੀ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਮੌਤ ਤੋਂ ਬਾਅਦ ਕਿਸੇ ਵੇਲੇ ਬਹੁਤ ਗੱਲਾਂ ਸਾਹਮਣੇ ਆਉਂਦੀਆਂ ਆ ਹਨਾ ਤੇ ਇੱਕ ਗੱਲ ਹੁਣ ਮੈਂ ਵੀ ਦੇਖੀ ਆ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਕਿ ਭਾਈ ਬਲਵੰਤ ਸਿੰਘ ਰਾਮੂਵਾਲੀਆ ਜਿਹੜਾ ਬਲਵੰਤ ਸਿੰਘ ਰਾਮੂਵਾਲੀਆ ਹਾਂਜੀ ਸੋ ਉਹਨਾਂ ਨੇ ਕਾਫੀ ਸਵਾਲ ਉਠਾਏ ਗਏ ਆ ਸਿੱਖ ਲੀਫ ਵਾਲੇ ਉਠਾਏ ਗਏ ਆ ਉਹਨਾਂ ਦੇ ਪਰਿਵਾਰ ਬਾਰੇ ਦੱਸਿਆ ਗਿਆ ਐਕਚੁਅਲੀ ਮੋਹਰੇ ਹੋ ਕੇ ਕਿ
ਉਹਨਾਂ ਦੀ ਭਾਈ ਵਰਿਆਮ ਸਿੰਘ ਦੇ ਪਰਿਵਾਰ ਦੀ ਕੋਈ ਵੀ ਅੱਜ ਤੱਕ ਮਦਦ ਨਹੀਂ ਕੀਤੀ ਗਈ ਇੱਥੋਂ ਤੱਕ ਕਿ ਉਹਨਾਂ ਦੇ ਘਰ ਨਲਕਾ ਵੀ ਨਹੀਂ ਹੈਗਾ ਪਾਣੀ ਪੀਣ ਨੂੰ ਹਨਾ ਜੀ ਤੇ ਸੋ ਹੁਣ ਜਿੱਦਾਂ ਆਪਾਂ ਦੱਸਿਆ ਜਾਵੇ ਕਿ ਚਲੋ ਆਪਾਂ ਉਹਨਾਂ ਦਾ ਕੇਸ ਨਹੀਂ ਲੜਿਆ ਪਰ ਉਹਨਾਂ ਦੀ ਸੋਨੇਜ਼ ਆਪਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪਰਿਵਾਰ ਨੂੰ ਮਦਦ ਦੀ ਲੋੜ ਆ ਉਦੋਂ ਤੋਂ ਹੀ ਸਿੱਖ ਲਈਫ ਉਹਨਾਂ ਦੇ ਨਾਲ ਖੜੀ ਸੀ ਹਨਾ ਸੋ ਤੁਸੀਂ ਇਸ ਬਾਰੇ ਵੇਰਵਾ ਪਾਓ ਕਿ ਇਹ ਕੀ ਗੱਲਾਂ ਹਨ ਤੇ ਕਿਉਂ ਇਹ ਲੋਕ ਕਰ ਰਹੇ ਹਨ ਉਹਦੇ ਵਿੱਚ ਪ੍ਰਭਵੀਰ ਇਦਾਂ ਆ ਵੀ ਪਹਿਲੀ ਗੱਲ ਤਾਂ ਸਿੱਖ ਲਈਫ ਨੂੰ ਉਹਨਾਂ ਨੇ ਟਾਰਗੇਟ ਕੀਤਾ ਹਾਂਜੀ ਉਹਨਾਂ ਨੇ ਸਮੁੱਚੇ ਪੰਥ ਨੂੰ ਇੱਕ ਵੰਗਾਰ ਪਾਈ ਆ ਵੀ ਉਹਨਾਂ ਦੀ ਕੋਈ ਮਦਦ ਨਹੀਂ ਹੋਈ ਉਹਨਾਂ ਦਾ ਕੋਈ ਜਿਹੜਾ ਪਰਿਵਾਰ ਦਾ ਜਿਹੜਾ ਉਹਨਾਂ ਦਾ ਜੱਦੀ ਜਿਹੜਾ ਘਰ ਹੈਗਾ ਉਹਦੀ ਹਾਲਾਤ ਕਿਹੋ ਜਿਹੀ ਨਹੀਂ ਕਿਉਂਕਿ ਭਾਈ ਰਾਮੂ ਵਾਲਿਆ ਜੀ ਬਲਵੰਤ ਸਿੰਘ ਰਾਮੂ ਵਾਲਿਆ ਜੀ ਉਦੋਂ ਆਏ ਨੇ ਜਦੋਂ ਉਹਨਾਂ ਦੀ ਰਿਹਾਈ ਦਾ ਟਾਈਮ ਸੀਗਾ ਅੱਛਾ ਜੀ ਉਹ ਨਾ ਪਹਿਲਾਂ ਆਏ ਨੇ ਨਾ ਉਹ ਤੋਂ ਬਾਅਦ ਆਏ ਨੇ ਸੋ ਉਹਨਾਂ ਨੇ ਜੋ ਉਹ ਤੋਂ ਪਹਿਲਾਂ ਦੇਖਿਆ ਘਰ ਦੀ ਹਾਲਾਤ ਉਹਨੂੰ ਉਹੀ ਪਤਾ ਆ ਲੇਕਿਨ ਉਹ ਤੋਂ ਬਾਅਦ ਉਹ ਨਹੀਂ ਕਰਦੇ ਜੇ ਗਏ ਹੁੰਦੇ ਤਾਂ ਉਹਨਾਂ ਨੂੰ ਪਤਾ ਹੋਣਾ ਸੀ ਵੀ ਉਹ ਘਰ ਨੂੰ ਦੁਬਾਰਾ ਡਿਮੋਲਿਸ਼ ਕਰਕੇ ਜਿਹੜਾ ਹੈਗਾ ਉਹ ਬਣਾਇਆ ਗਿਆ ਪਰ ਰਾਮੂ ਵਾਲੀ ਜੀ ਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਉਹਨਾਂ ਨੂੰ ਮਹੀਨਾਵਾਰੀ ਜਿਹੜੀ ਆ ਮਦਦ ਦਿੱਤੀ ਆ ਭਾਈ ਰਾਮੂ ਵਾਲੀ ਜੀ ਨੂੰ ਇਹ ਵੀ ਨਹੀਂ ਪਤਾ ਵੀ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਗੁਰੂ ਕੀ ਨਗਰੀ ਦਰਬਾਰ ਸਾਹਿਬ ਦੇ ਨੇੜੇ ਰਾਜਾ ਸੰਸੀ ਏਅਰਪੋਰਟ ਦੇ ਨੇੜੇ ਉਹਨਾਂ ਨੂੰ ਇੱਕ ਨਵੀਂ ਕੋਠੀ ਵੀ ਲੈ ਕੇ ਦਿੱਤੀ ਆ ਹਾਂਜੀ ਕੋਠੀ ਦੇ ਜਿਹੜੇ ਦਰਸ਼ਨ ਆ ਸੰਗਤਾਂ ਕਰ ਸਕਦੀਆਂ ਨੇ ਇਹ ਨਵੀਂ ਕੋਠੀ ਜਿਹੜੀ ਆ ਇਹ ਭਾਈ ਬਰਿਆਮ ਸਿੰਘ ਦੇ ਉਹ ਕਿਉਂਕਿ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀਗੀ ਵੀ ਮੈਂ ਪੰਜਾਬ 'ਚ ਵਾਪਸ ਆਉਣਾ ਚਾਹੁੰਦਾ ਇੱਥੋਂ ਤੱਕ ਉਹ ਯੂਪੀ ਦੇ ਨਿਵਾਸੀ ਸਨ ਉੱਥੋਂ ਦੇ ਰਹਿਣ ਵਾਲੇ ਸਨ ਪਰ ਫੇਰ ਵੀ ਸਿੱਖ ਲਈ ਫੋਲੋ ਉਹਨਾਂ ਨੂੰ ਪੰਜਾਬ ਦੇ ਵਿੱਚ ਕੋਠੀ ਲੈ ਕੇ ਕਿਉਂਕਿ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਵੀ ਮੈਨੂੰ ਮੈਂ ਚਾਹੁੰਦਾ ਵੀ ਮੈਂ ਗੁਰੂ ਕੀ ਨਗਰੀ ਵਿੱਚ ਰਵਾਂ ਜਿੱਥੇ ਮੈਂ ਸਵੇਰੇ ਸ਼ਾਮ ਮਹਾਰਾਜ ਦੇ ਦਰਸ਼ਨ ਕਰ ਸਕਾਂ ਦਰਬਾਰ ਸਾਹਿਬ ਜਾ ਕੇ ਸੋ ਮੈਨੂੰ ਇੱਥੇ ਕੋਈ ਜਗ੍ਹਾ ਲੈ ਦਿਓ ਸੋ ਸਿੱਖ ਲਈਫ ਨੇ ਆਪਣਾ ਫਰਜ਼ ਸਮਝਦੇ ਹੋਏ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਪਲੋਟ ਪਹਿਲਾਂ ਦੇਖਦੇ ਸੀਗੇ ਪਲੋਟ ਨਹੀਂ ਮਿਲਿਆ ਕੋਈ ਸਹੀ ਜਗ੍ਹਾ 'ਤੇ ਫਿਰ ਉਹਨਾਂ ਨੂੰ ਬਣੀ ਬਣਾਈ ਨਵੀਂ ਕੋਠੀ ਜਿਹੜੀ ਆ ਇਹ ਜਿਹੜੀ ਕੋਠੀ ਆਪਾਂ ਦੇਖ ਰਹੇ ਹਾਂ ਸੰਗਤਾਂ ਦੇਖ ਰਹੀਆਂ ਦਰਸ਼ਨ ਕਰ ਰਹੀਆਂ ਨੇ ਅਤੇ ਇਹ ਨਵੀਂ ਕੋਠੀ ਉਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਦਿੱਤੀ ਜਿਹਦੀ ਉਸ ਵੇਲੇ ਕੀਮਤ ਸੀ 14-15 ਲੱਖ ਹਾਂਜੀ ਸੋ ਆਈ ਥਿੰਕ ਬਲਵੰਤ ਸਿੰਘ ਰਾਮੂ ਵਾਲੇ ਉਹਨਾਂ ਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਪਹਿਲਾਂ ਕੱਢਣੀ ਚਾਹੀਦੀ ਸੀ ਫਿਰ ਲੈਣੀ ਚਾਹੀਦੀ ਸੀ ਸੋਸ਼ਲ ਮੀਡੀਆ ਤੇ ਆ ਕੇ ਦੱਸਦੇ ਕਿ ਉਹਨਾਂ ਦਾ ਕਿਹੜੀ ਮਦਦ ਹੋਈ ਤੇ ਜਾਂ ਕਿਹੜੀ ਨਹੀਂ ਹੋਈ ਹਨਾ ਹਾਂਜੀ ਉਹਨਾਂ ਦੇ ਬੇਟੇ ਨਾਲ ਸਾਡੀ ਕੱਲ ਗੱਲ ਹੋਈ ਸੀਗੀ ਉਹ ਕਹਿੰਦੇ ਮੈਂ ਫੋਨ ਕਰਕੇ ਰਾਮੂ ਵਾਲੇ ਨੂੰ ਜੀ ਨੂੰ ਵੀ ਅਪਡੇਟ ਕਰਤਾ ਆ ਵੀ ਸਾਡੀ ਸਿੱਖ ਲਈਫ ਨੇ ਮਦਦ ਕੀਤੀ ਆ ਸਾਨੂੰ ਕੋਠੀ ਵੀ ਲੈ ਕੇ ਦਿੱਤੀ ਆ ਹੋਰ ਵੀ ਬੜਾ ਜਿਹੜਾ ਉਹਨਾਂ ਦੀ ਸੇਵਾਵਾਂ ਹੋਈਆਂ ਜਿਹੜਾ ਆਪਾਂ ਹੁਣ ਗੱਲ ਕਰਾਂਗੇ ਕਿਉਂਕਿ ਹੁਣ ਬ੍ਰੇਕ ਦਾ ਟਾਈਮ ਵੀ ਹੋਣ ਵਾਲਾ ਹੈ ਅਤੇ ਮੈਂ ਜੇ ਉਹ ਵਿਸਥਾਰ 'ਚ ਚਲ ਗਿਆ ਤਾਂ ਫਿਰ ਉਹ ਬ੍ਰੇਕ ਵੀ ਆਪਣੇ ਵਿੱਚ ਹੀ ਰਹਿ ਜਾਣੀ ਹੈ ਅਤੇ ਆਪਾਂ ਸੰਗਤ ਜੀ ਆਪਾਂ ਗੱਲ ਕਰ ਰਹੇ ਸੀ ਭਾਈ ਵਰਿਆਮ ਸਿੰਘ ਜੀ ਜਿਹੜੇ ਕਿ ਸਾਨੂੰ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਪਰ ਕੁਛ ਗੱਲਾਂ ਹੁੰਦੀਆਂ ਜਿਹੜੀਆਂ ਕਿ ਆਪਾਂ ਨੂੰ ਉਹਨਾਂ ਤੋਂ ਬਾਅਦ ਵੀ ਕਰਨੀਆਂ ਪੈਂਦੀਆਂ ਸੰਗਤਾਂ ਦੇ ਨਾਲ ਸਾਂਝੀਆਂ ਕਰਨੀਆਂ ਪੈਂਦੀਆਂ ਅਤੇ ਉਹ ਅਜੇ ਅਸੀਂ ਅੱਜ ਤੁਹਾਡੇ ਨਾਲ ਕਰ ਰਹੇ ਹਾਂ ਪਰ ਹੁਣ ਸਾਡਾ ਬ੍ਰੇਕ ਦਾ ਟਾਈਮ ਹੋ ਗਿਆ ਅਤੇ ਬ੍ਰੇਕ ਤੋਂ ਬਾਅਦ ਅਸੀਂ ਛੇਤੀ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਏ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਸਾਡੇ ਬੰਦੀ ਭਾਈ ਵਰਿਆਮ ਸਿੰਘ ਜੀ ਜਿਹੜੇ ਕਿ ਦਿਲ ਦਾ ਦੌਰਾ ਪੈਣ ਕਰਕੇ ਉਹ ਅਕਾਲ ਚਲਾਣਾ ਕਰ ਗਏ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਅਤੇ ਅੱਜ ਅਸੀਂ ਉਹਨਾਂ ਬਾਰੇ ਉਹਨਾਂ ਦੀ ਜਿਹੜੀ ਕਿ ਹਿਸਟਰੀ ਸੀ ਉਹਨਾਂ ਬਾਰੇ ਭਾਈ ਸਾਹਿਬ ਜੀ ਨਾਲ ਮੈਂ ਗੱਲਬਾਤ ਕਰ ਰਹੀ ਹਾਂ ਕਿ ਉਹਨਾਂ ਦੀ ਸਿੱਖ ਲਈਫ ਵੱਲੋਂ ਕੀ ਮਦਦ ਕੀਤੀ ਗਈ ਉਹਨਾਂ ਨੇ ਭਾਈ ਸਾਹਿਬ ਜੀ ਨੇ ਦੱਸਿਆ ਕਿ ਜਦੋਂ ਨਜ਼ਰਬੰਦ ਸਾਹਿਬ ਉਹਨਾਂ ਦੇ ਪਰਿਵਾਰ ਦੀ ਸ਼ੁਰੂ ਤੋਂ ਲੈ ਕੇ ਹੀ ਮਦਦ ਕੀਤੀ ਗਈ ਉਹਨਾਂ ਨੂੰ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਜਿਹੜਾ ਕਿ ਉਹਨਾਂ ਦੀ ਦਿਲੀ ਖੁਆਇਸ਼ ਸੀ ਕਿ ਗੁਰੂ ਦੀ ਨਗਰੀ ਦੇ ਵਿੱਚ ਉਹਨਾਂ ਦਾ ਆਪਣਾ ਘਰ ਹੋਵੇ ਉੱਥੇ ਕੋਠੀ ਲੈ ਕੇ ਦਿੱਤੀ ਗਈ ਪਰ ਉਹਨਾਂ ਦੀ ਮੌਤ ਤੋਂ ਬਾਅਦ ਕਈ ਗੱਲਾਂ ਸਾਹਮਣੇ ਆਈਆਂ ਕਿ ਜਿੱਦਾਂ ਬਲਵੰਤ ਸਿੰਘ ਰਾਮੂ ਵਾਲੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ 'ਤੇ ਨਲਕਾ ਵੀ ਨਹੀਂ ਸੀ ਪਾਣੀ ਪੀਣ ਨੂੰ ਪਰ ਇਹਨਾਂ ਗੱਲਾਂ ਨੂੰ ਸਾਹਮਣੇ ਲਿਆਉਣਾ ਸੀ ਸਾਡਾ ਫਰਜ਼ ਬਣਦਾ ਹੈ ਸੰਗਤ ਨੂੰ ਅਸੀਂ ਇਸੇ ਕਰਕੇ ਹੀ ਆਪਣਾ ਵੀਕਲੀ ਆਪਣੇ ਸ਼ੋਅ ਦਿੰਦੇ ਹਾਂ ਕਿ ਜਿਹੜੀਆਂ ਵੀ ਸਿੱਖ ਲਈਫ ਵੱਲੋਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ ਉਹ ਤੁਹਾਨੂੰ ਵੀ ਪਤਾ ਲੱਗੇ ਕਿ ਉਹ ਪੈਸਾ ਕਿੱਥੇ ਜਾਂਦਾ ਅਤੇ ਕਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਅਸੀਂ ਸਬੂਤ ਨਹੀਂ ਕਹਿੰਦੇ ਪਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਤੁਹਾਨੂੰ ਸਾਰਾ ਕੁਝ ਦਿਖਾਈਏ ਪਰ ਮੈਂ ਅੱਜ ਖੁਸ਼ ਵੀ ਹਾਂ ਕਿ ਇਹ ਸਬੂਤ ਸਾਡੇ ਕੋਲ ਸਨ ਕਿ ਅਸੀਂ ਉਹਨਾਂ ਦੀ ਮਦਦ ਕੀਤੀ ਗਈ ਅਤੇ ਹੁਣ ਮੈਂ ਇਹੀ ਕਹਾਂਗੀ ਕਿ ਤੁਸੀਂ ਆਪਣੇ ਮੂੰਹੋਂ ਵੀ ਸੁਣੋ ਕਿ ਭਾਈ ਵਰਿਆਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਉਹਨਾਂ ਦਾ ਬੇਟਾ ਕੀ ਕਹਿਣਾ ਚਾਹੁੰਦਾ ਕਿ ਸਿੱਖ ਲਈਫ ਵੱਲੋਂ ਕਿਹੜੀਆਂ ਸੇਵਾਵਾਂ ਉਹਨਾਂ ਦੀ ਕੀਤੀਆਂ ਗਈਆਂ ਅਤੇ ਮਦਦ ਕੀਤੀ ਗਈ ਹੁਣ ਆਪਾਂ ਇੱਕ ਵੀਡੀਓ ਦੇਖਦੇ ਹਾਂ ਬਾਕੀ ਸਭ ਤੋਂ ਜ਼ਿਆਦਾ ਤਾਂ ਸਿੱਖ ਰਲੀਫ ਜੋ ਕਿ ਬਲਵੀਰ ਸਿੰਘ ਬੈਂਸ ਹੋਣਾਂ ਨੇ ਸਭ ਤੋਂ ਜ਼ਿਆਦਾ ਮਦਦ ਕੀਤੀ ਆ ਇਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ ਇਹਨਾਂ ਨੂੰ ਮਹਾਰਾਜ ਸੇਵਾ ਕਰਨ ਦਾ ਬਲ ਬਖਸ਼ੀ ਰੱਖੇ ਅਤੇ ਇਹਨਾਂ ਦੀ ਸੰਗਤ ਵੀ ਮਦਦ ਕਰਦੀ ਰਹੇ ਇਹਨਾਂ ਦੀ ਅਤੇ ਇੱਥੇ ਵੀ ਜਗ੍ਹਾ ਬਣਾ ਕੇ ਦਿੱਤੀ ਸਾਨੂੰ ਪੰਜਾਬ ਵੀ ਜਗ੍ਹਾ ਬਣਾ ਕੇ ਦਿੱਤੀ ਇਹਨਾਂ ਅਤੇ ਬਹੁਤ ਜ਼ਿਆਦਾ ਉਹਨਾਂ ਮਦਦ ਕੀਤੀ ਸਾਡੀ ਪੰਜਾਬ 'ਚੋਂ ਉਹਨਾਂ ਸਾਨੂੰ ਕੋਠੀ ਲੈ ਕੇ ਦਿੱਤੀ ਆ ਅਤੇ ਹੁਣ ਇੱਥੇ ਵੀ ਜਗ੍ਹਾ ਅਸੀਂ ਬਣਾਉਣ ਡਏ ਹਾਂ Thank you.
घर आए यदि खुशी एक मकान बनता है यदि खुशी बाकी होर देश विदेश जड़िया संगत ने वीर भरावान ने जी मदद की उन्हें होर सा खून वध्या वीर सिंह बैंस होना ने उन्होंने साड़ी बड़ी मदद की उन्होंने धन्यवाद उन्होंने कारोबार भगतान पैन उन्होंने बच्चों दरक्या बधाने कृपा कर जिन्हें साढ़े वास्ते इन्ना कुछ सोचा नहीं तो साड़ी इतने किन्नी बात पूछनी अपना ठेकेदार सारा काम यही जा करना यही बना दिया वा बीन पा दिया हूँ जिस तो मर्जी रसोई जिसमें अपने लोग खड़े हैं आगे आ जाओ तुम्हें इधर देखो ये बेडरूम है कमरा ये 14x11 का है ये लाबी है 11x30 की पीछे बैक साइड भी पोचिया और एक बैनो लग जाऊगा ये पिछले बन्ने ही जीना तान चढ़ा चढ़ जाऊगा तो एक गेट ला देंगे पीछे नू बैक साइड ठीक है तो बाकी इधर ला देंगे चैनल ले आके ये गेट अभी ਹਾਂਜੀ ਸੰਗਤ ਜੀ ਹੁਣ ਆਪਾਂ ਵੀਡੀਓ ਦੇਖੀ ਭਾਈ ਵਰਿਆਮ ਸਿੰਘ ਜੀ ਉਹਨਾਂ ਦੇ ਬੇਟਾ ਉਹਨਾਂ ਦੇ ਮੂੰਹ ਤੁਸੀਂ ਸੁਣਿਆ ਕਿ ਸਿੱਖ ਲਈ ਫਲੋਂ ਉਹਨਾਂ ਦੀ ਕਿਹੜੀ ਮਦਦ ਕੀਤੀ ਹੈ ਸੰਗਤ ਜੀ ਇਹ ਨਹੀਂ ਸੋਚਣਾ ਕਿ ਉਹ ਅਕਾਲ ਚਲਾਣਾ ਕਰ ਗਏ ਅਤੇ ਅਸੀਂ ਹੁਣ ਦਿਖਾਉਣਾ ਚਾਹੁੰਦੇ ਹਾਂ ਕਿ ਸਿੱਖ ਲਈ ਫਲੋਂ ਇਹ ਮਦਦ ਕੀਤੀ ਗਈ ਸਾਡਾ ਇੱਕ ਮਕਸਦ ਸੀ ਇਹ ਸਭ ਕੁਝ ਸਾਹਮਣੇ ਲਿਆਉਣਾ ਸੰਗਤਾਂ ਨੂੰ ਦਿਖਾਉਣਾ ਕਿਉਂਕਿ ਜੋ ਵੀ ਬਲਵੰਤ ਸਿੰਘ ਰਾਮੂ ਵਾਲੇ ਉਹਨਾਂ ਨੇ ਗੱਲ ਕੀਤੀ ਕਿ ਸਿੱਖ ਲਈ ਫਲੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਉਹਨਾਂ ਦੇ ਘਰ ਨਲਕਾ ਵੀ ਨਹੀਂ ਸੀ ਪਾਣੀ ਪੀਣ ਨੂੰ ਇਹ ਸੋਚ ਕੇ ਵੀ ਆਪਣੇ ਆਪ ਨੂੰ ਝੰਝੋੜੀ ਆਉਂਦੀ ਆ ਕਿ ਜਿਸ ਪਰਿਵਾਰ ਦੀ ਮਦਦ ਕੀਤੀ ਅਗਰ ਉਹ ਹੀ ਨਹੀਂ ਕੁਛ ਕਹਿ ਰਿਹਾ ਉਹ ਖੁਸ਼ ਆ ਅਤੇ ਦੂਸਰੇ ਜਾਣੇ ਕਿੱਦਾਂ ਅੱਗੇ ਹੋ ਕੇ ਇਹ ਸਭ ਕੁਛ ਕਹਿ ਸਕਦੇ ਆ ਪਰ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਕੋਲ ਇਹ ਸਬੂਤ ਸਨ ਅਸੀਂ ਤੁਹਾਨੂੰ ਦਿਖਾਏ ਅਤੇ ਮੈਂ ਹੋਰ ਵੀ ਹੁਣ ਭਾਈ ਸਾਹਿਬ ਜੀ ਕੋਲੋਂ ਪੁੱਛਾਂਗੀ ਕਿ ਭਾਈ ਸਾਹਿਬ ਜੀ ਹੁਣ ਆਪਾਂ ਵੀਡੀਓ ਦੇਖੀ ਉਹਨਾਂ ਦੇ ਮੂੰਹੋਂ ਸੁਣਿਆ ਸਭ ਕੁਛ ਹੈ ਨਾ ਅਤੇ ਖੁਸ਼ੀ ਵੀ ਹੋਈ ਆ ਦੇਖ ਕੇ ਆਪਾਂ ਇਹ ਨਹੀਂ ਕਹਿੰਦੇ ਚਲੋ ਭਾਈ ਸਾਹਿਬ ਭਾਈ ਵਰਿਆਮ ਸਿੰਘ ਜੀ ਸਾਨੂੰ ਮਾਣ ਹੈ ਹਾਂਜੀ ਸਾਨੂੰ ਮਾਣ ਹੈ ਉਹਨਾਂ ਦੇ ਕਿ ਆਪਾਂ ਉਹਨਾਂ ਦੀ ਮਦਦ ਕੀਤੀ ਸਾਨੂੰ ਸਤਿਗੁਰੂ ਨੇ ਮੌਕਾ ਦਿੱਤਾ ਉਹਨਾਂ ਦੇ ਜੀਂਦੇ ਜੀ ਸੇਵਾ ਕਰਨ ਦਾ ਹਾਂਜੀ ਜਿੱਥੇ ਪਰਿਵਾਰਕ ਮਦਦ ਕੀਤੀ ਉੱਥੇ ਉਹਨਾਂ ਨੂੰ ਕੋਠੀ ਲੈ ਕੇ ਦਿੱਤੀ ਉਸ ਤੋਂ ਇਲਾਵਾ ਉਹਨਾਂ ਦਾ ਜੱਦੀ ਪਿੰਡ ਜਿਹੜਾ ਸੀ ਘਰ ਸੀਗਾ ਉਹਨੂੰ ਬਿਲਕੁਲ ਡਿਮੋਲਿਸ਼ ਕਰਕੇ ਢਾ ਕੇ ਐਨ ਨਵੇਂ ਸਿਰਿਓਂ ਉਹ ਬਣਾ ਕੇ ਦਿੱਤਾ ਆਪਾਂ ਦੱਸਿਆ ਕਿ ਆਪਾਂ ਉਹਨਾਂ ਨੂੰ ਇੱਕ ਘਰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਲੈ ਕੇ ਦਿੱਤਾ ਪਰ ਜਿਹੜਾ ਹੁਣ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਇਹ ਤੇ ਜੱਦੀ ਜਗ੍ਹਾ ਤੇ ਉਹਨਾਂ ਨੂੰ ਨਵਾਂ ਸਾਰਾ ਘਰ ਬਣਾ ਕੇ ਦਿੱਤਾ ਗਿਆ ਬਿਲਕੁਲ ਜੀ ਦੋ ਚੀਜ਼ਾਂ ਆ ਇੱਕ ਪੰਜਾਬ ਦੀ ਕੋਠੀ ਹਾਂਜੀ ਜਿਹੜੀ ਕਿ ਕਾਫੀ ਮਹਿੰਗੀ ਆਈ ਇੱਕ ਨਵਾਂ ਸਰਿਓਂ ਯੂਪੀ ਦੇ ਵਿੱਚ ਜਿੱਥੇ ਉਹ ਰਹਿ ਰਹੇ ਸਨ ਜਿਹੜਾ ਜੱਦੀ ਉਹਨਾਂ ਦਾ ਘਰ ਸੀ ਜਿਹੜਾ ਕਿ ਉਹ ਮੂੰਹ ਆਪ ਦੱਸ ਰਹੇ ਆਪ ਦੱਸ ਰਹੇ ਨਾਲੇ ਵੀਡੀਓ 'ਚ ਸਾਰਾ ਉਹ ਦਿਸ ਰਿਹਾ ਵੀ ਉਹ ਢਾ ਕੇ ਨਵੇਂ ਸਿਰਿਓਂ ਉਹਨਾਂ ਠੇਕੇਦਾਰ ਨਾਲ ਗੱਲ ਕਰਕੇ ਉਹਨਾਂ ਤੈਅ ਕਰਕੇ ਉਹ ਸਾਰਾ ਨਵੇਂ ਸਿਰੋਂ ਬਣਾ ਕੇ ਦਿੱਤਾ ਸੀਗਾ ਹਾਂਜੀ ਤੋ ਇਹ ਜਿਹੜੀਆਂ ਚੀਜ਼ਾਂ ਆ ਇਹ ਸੱਚੇ ਪਾਤਸ਼ਾਹ ਕਿਰਪਾ ਆ ਵੀ ਸਾਰੀ ਟੀਮ ਸਿੱਖ ਲਿਪ ਦੀ ਹਰ ਇੱਕ ਚੀਜ਼ ਨੂੰ ਡਾਕੂਮੈਂਟ ਕਰਦੀ ਆ ਉਹ ਸੰਭਾਲ ਕੇ ਰੱਖਦੀ ਆ ਕਿਉਂਕਿ ਸਾਨੂੰ ਪਤਾ ਵੀ ਕਿਤੇ ਨਾ ਕਿਤੇ ਸ਼ਰਾਰਤੀ ਲੋਕ ਕਰਦੇ ਨੇ ਤੇ ਸਿੱਖ ਲਿਪ ਨੂੰ ਬਦਨਾਮ ਕਰਨੀ ਚਾਹੀਦੀ ਆ ਜੀ ਮਹਾਰਾਜ ਨਾ ਲਿਆ ਸਚਾਈ ਆਪਾਂ ਸਚਾਈ ਤੇ ਚੱਲ ਰਹੇ ਆ ਤੇ ਫਿਰ ਡਰ ਵੀ ਕਿਸ ਚੀਜ਼ ਨਹੀਂ ਡਰ ਕਾ ਤਾਂ ਨਹੀਂ ਨਹੀਂ ਸੰਗਤਾਂ ਨਾਲ ਬੈਠ ਰਿਹਾ ਕਿ ਆਪਾਂ ਸਭ ਕੁਝ ਸਾਹਮਣੇ ਲਿਆਂਦਾ ਤੇ ਦਿਖਾਇਆ ਗਿਆ ਪਰ ਹੋਰ ਮਦਦ ਇਹਨਾਂ ਭਾਈ ਵਰਿਆਮ ਸਿੰਘ ਜੀ ਇਹ ਤੋਂ ਇਲਾਵਾ ਵੀ ਹੋਰ ਅਮਸ਼ਾਂ ਕੀ ਕੀਤੀਆਂ ਗਈਆਂ ਹੋਣੀਆਂ ਕਿ ਉਹ ਵੀ ਦੱਸੋ ਜਦੋਂ ਭਾਈ ਸਾਹਿਬ ਜੀ ਆਪਣੇ ਨਜ਼ਰਬੰਦ ਸਨ ਮੈਨੂੰ ਚੇਤਾ ਆ ਗਈ ਗੱਲ ਉਦੋਂ ਭਾਈ ਵਰਿਆਮ ਸਿੰਘ ਦੇ ਇਹਨਾਂ ਦੇ ਘਰੋਂ ਬੀਬੀ ਜੀ ਅਤੇ ਇਹਨਾਂ ਦੇ ਪੁੱਤਰ ਜਿਹੜੇ ਛੋਟੇ ਹਨ ਉਹ ਜਸਵਿੰਦਰ ਸਿੰਘ ਉਹਨਾਂ ਦਾ ਨਾਂ ਆ ਇਹ ਪੰਜਾਬ ਆਏ ਅਤੇ ਸਾਨੂੰ ਕਹਿਣ ਲੱਗੇ ਵੀ ਸਾਨੂੰ ਇੱਥੇ ਕੋਈ ਜਗ੍ਹਾ ਬਣਾ ਦਿਉ ਵੀ ਅਸੀਂ ਜਲੰਧਰ ਦੇ ਨੇੜੇ ਤੇਰੇ ਕੋਈ ਰਹਿਣਾ ਚਾਹੁੰਦੇ ਹਾਂ ਅਤੇ ਕੋਈ ਅਸੀਂ ਕੋਠੀ ਦੇਖੀ ਆ ਵੀ ਸਾਨੂੰ ਜੇ ਉਹਦਾ ਡਿਪੋਜ਼ਿਟ ਜੇ ਮਿਲ ਜਾਵੇ ਬਿਆਨਾ ਮਿਲ ਜਾਵੇ ਤਾਂ ਅਸੀਂ ਕੋਠੀ ਜਿਹੜੀ ਆ ਉਹ ਬਣਾ ਲਾਂਗੇ ਹਾਂਜੀ ਅਤੇ ਉਹਦੇ ਵਿੱਚ ਸਾਨੂੰ ਮਦਦ ਚਾਹੀਦੀ ਆ ਸੋ ਸਾਨੂੰ ਡਿਪੋਜ਼ਿਟ ਦੇਣ ਲਈ ਪੈਸੇ ਚਾਹੀਦੇ ਆ ਸੋ 2.5 ਲੱਖ ਰੁਪਈਆ ਇਹਨਾਂ ਨੂੰ ਉਹ ਦਿੱਤਾ ਜਿਹੜੀ ਕਿ ਤੁਸੀਂ ਫੋਟੋ ਵੀ ਦੇਖ ਸਕਦੇ ਹੋ ਉਹਨਾਂ ਦਾ ਵਿਚਕਾਰਲੇ ਵਿੱਚ ਉਹਨਾਂ ਦਾ ਬੇਟਾ ਜਸਵਿੰਦਰ ਸਿੰਘ ਇਹਨਾਂ ਨੂੰ ਚੈੱਕ ਜਿਹੜਾ ਆ ਉਹ ਸਾਡੇ ਕੋਲ ਉਹਦੀ ਫੋਟੋ ਵੀ ਹੈਗੀ ਆ ਉਹ ਵੀ ਦਿੱਤਾ ਉਹ ਮਦਦ ਇਲਾਵਾ ਮੈਂ ਦੱਸਣਾ ਜਿਹੜੀ ਹਾਂ ਦੋਨੋਂ ਘਰਾਂ ਤੋਂ ਇਲਾਵਾ ਭਾਈ ਸਾਹਿਬ ਜੀ ਹੋਰ ਮੈਨੂੰ ਵੀ ਇੱਕ ਗੱਲ ਯਾਦ ਹੈ ਕਿ ਜਦੋਂ ਭਾਈ ਗੁਰਬਖਸ਼ ਸਿੰਘ ਜੀ ਆਮ ਸਾਹਿਬ ਗੁਰੂ ਘਰ ਭੁੱਖ ਹੜਤਾਲ 'ਤੇ ਬੈਠੇ ਸਨ ਜੀ ਉਦੋਂ ਵੀ ਸਿੱਖ ਲਈ ਫਲੋਂ ਐਲਾਨ ਕੀਤਾ ਗਿਆ ਸੀ ਕਿ ਬੰਦਿਆਂ ਨੂੰ 5-5 ਲੱਖ ਰੁਪਇਆ ਦਿੱਤਾ ਜਾਏਗਾ ਤੇ
उस भाई वरियाम सिंह जी का भी ना है सी। हाँ जी, क्योंकि जी भाई गुरबख्श सिंह जी ने कैंपेन अमृतसर शुरू की भुख हड़ताल जेडे बड़ैल जेल के भाई शमशेर सिंह, भाई गुरमीत सिंह, लखविंदर सिंह, इतों अलावा भाई अपने वरियाम सिंह जी तो होर भी गुरदीप सिंह खैरे वर्गे सारे जाने के सिंघा बंदी जोड़े से उन्होंने ऐलान किया इन की रिहाई मैं करा के उठागा। हाँ जी, तो उन्होंने अपना जोड़ा योगदान बनता से उन्होंने पाया तो गुरु की कृपा ना कुछ बंदी सिंह जोड़े आ उस बहर आए, भाई लखविंदर सिंह जी, भाई शमशेर सिंह जी, गुरमीत सिंह जी, ये उन्होंने टाइम के बहर आए सन। सो सिख लीफ ने इन सारियां नू भाई लाल सिंह भी मैं चेता आ गया, भाई लाल सिंह भी बहर आए, इन सारे बंदियों नू पांच पांच लख रुपया दिता गया सगा। उस तो बाद गुरदीप सिंह खैरा कुछ समय बाद आता है उन्होंने भी पांच लख रुपया दिता गया। सो जो भाई वरियाम सिंह जी बहर आए उन्होंने भी पांच लख रुपया दिता गया। सो असी अपने बचना तो ये कोठिया तो लाभ अलावा मैं गल कर रहा जी मदद उन्होंने महीनावारी मदद तो अलावा उन्होंने दोहां घर कोठी तो जद्दी पिंड तो अलावा इन्होंने जलंधर की कोठी लैंड जो बयान था उस अलावा ये पांच लख अलावा दिता गया सी। अलावा दिता गया सी। हाँ जी, सो पांच लाख देन तो बाद होर भी कोई मदद सब जी उन्हां दी? देखो उन्हां दी मदद जिहड़ी हैगी आ जिवें वो आउंदे सी किते पंजाब दे, क्योंकि साडे उन्हां नाल रिलेशन बहुत वधिया बन गया सी परिवारक तौर वांगू, सानू रैगुलर फोन भी करदे सी, गलबात भी करदे, हाल चाल भी पुछदे सी, असीं भी उन्हां नूं करदे रहिंदा सीगा ते असीं गाहे बगाहे अपनी टीम जिहड़ी आ उन्हां नूं कोल भेजीदी सी। इक जाने कि मैं तुहानूं दसदा भी इक साडा काफ़ी सेवादार आया हुआ से तो उन्हें डॉक्यूमेंट्री भी उन्हें बनाई आया वो बड़ा प्रेम हो गया ना वो वैसे चल जाता सगा तो वह उन्होंने जाके उन्होंने दसिया भी भाई साहब जी भी पंजाब दे विच सिख लीफ नूं वातावरण का भी प्रोग्राम किया जाता है, बड़े सारे दरख्त लाउंदे आ तो उन्हें सारिया गल्लां दसियां भी कि प्रोजेक्ट असीं करदे आ, बच्चों की एजुकेशन करदे आ, शहीद परिवारों की सार लैंदे आ। और जो उन्होंने वातावरण का सुनिया ना वो कोलों तो कहता भी मेरे पिंड भी लाओ तुम दरख्त जड़े आ, मेरे पिंड भी लाओ है ना, मैं भी चाहना भी मेरा पिंड जरा भी हरा भरया हो। अच्छा। सारी टीम वो सिंह लैके गया पंजाब तो दरख्त यूपी के जाके उन्होंने लैके उ एरिए जो दो चार मोहतबर बंदे से उन्होंने लैके तो सारे पिंड भाई वरियाम सिंह ने आप अपने हथीं दरख्त लाए तो लगवाए सारियां कोलों, वो भी वीडियो साडे कोल अगले आप प्रोग्राम च दिखावांगे जरूर, हुण समय की घाट करके आप नहीं दिखा सकते, लेकिन इस तरह का साडी उन्हां नाल सांझ सीगी। हुण मैं दूसरी गल दसदा भी भाई वरियाम सिंह जी ने जदों पहली बारी पंजाब आना सीगा तो वह कहते भी मैनू तुसीं दर्शन परसन कराओ गुरसिखां दे भी तो मैं गुरुधामां दे भी दर्शन करने आ। सो उस वेले फिर जो आए तो असी उन्होंने लुधियाने के नेड़े कि क्या भी रुको तो फिर अपने परमिंदर सिंह जी साढ़े मुख सेवादार जो पंजाब उन्होंने बेनती की भी एक काम जरूर करो, क्योंकि जिते भाई गुरबख्श सिंह जी ने योगदान पाया उन्होंने भी मिलाना असी तो उतों अलावा बापू सूर सिंह जी ने भी भुख हड़ताल की बंदियों के संबंध में। सो बापू सूर सिंह जी ने भी परमिंदर सिंह साढ़े टीम लीडर वरियाम सिंह नाल लग गया तो फोटो देख सकते हैं तो जाने के असी पूरी कोशिश ईमानदारी ना करते हैं भी जिन्होंने भी योगदान पाया बंदी दी रिहाई दे विच परोल दे विच असी उन्हां दा धन्नवाद अज भी करते हैं, अगे भी उन्हां दे नाल रहे साथ दिता हैगा। सो भाई वरियाम सिंह नूं उन्हां दोवां हस्तियां नाल भी मिलाया गया, भाई वरियाम सिंह ने उन्हां दा धन्नवाद भी किया, उन्हां कोल आशीर्वाद भी लिया खास करके बापू सूर सिंह जी क्योंकि वडेरी उम्र दे सन। हाँ जी, तो इतों बाद फिर जिहड़ा हैगा सिख रिलीफ की टीम उन्होंने पंजाब जिहड़े अमृतसर दरबार साहब के दर्शन कराए, वो फोटो तुसीं देख सकते हैं दरबार साहब भाई साहब ने महाराज नूं बड़ा जाने के जज्बात जिहड़े हैगे इस तरह हो जाते हैं भी एक इंसान ने 26 साल घर का मूँह नहीं देखिया, अज वो गुरु की नगरी में वो किस भरे मन ना गए होंगे, किस शरदा ना गए होंगे, उन्होंने नमस्तक की। पापा साहब जी जे आप सारे प्रोग्राम नू मैं देख के चला तो ये यही सामने आया कि जो भी उन्होंने दिलो इच्छा से सिख लीफ वालों उन्होंने पूरी की गई। असी भी संगत के आसरे किए जी, जो संगत ने सानू सहयोग दिता असी उन्होंने वड्डे पद्धर दे विच जे मैं गलत ना होवां तकरीबन 30-35 लख रुपया बनता है तो ये संगत आया, संगत ने सिख लीफ की मदद संगत जी तुसीं कीती, असीं गां बंदियां दी करदे आं इदां वरियाम सिंह दी जिहड़ी मदद हुई आ उह तुहाडे सहयोग नाल हुई आ।
असी तह दिल तो धन्यवाद करते हैं। सानू जिथे दुख उन्होंने जान का उत्थे माण भी आ भी संगत जी तुसी उन्हां दी सेवा जिहड़ी आ साडे राही करा सके आ। बहुत बहुत धन्यवाद जी। हाँ जी संगत जी, तुसी हुण सारा कुछ तुहाडे सामने आ, तुसी उन्हां दे मूहों भी सुनिया, बाइबलवीर सिंह जी उन्हां दे मूहों भी सुनिया। दुख बहुत दुख हैगा कि उह सानूं विछोड़ा दे के चले गए। वाहिगुरू उन्हां दी आत्मा नूं शांति बख्शे। तो नाल मैं भी कहांगी कि सिख लीफ जिहड़े भी बचन करदी आ उह अपने बचन पालदी आ, ते उह जो भी किसी की सेवा करनी हो तुहाडे सामने भी असी लिया के दिखाने ते वो अज असी तुहानू दिखा भी दिता। सो पर मैं ये कहनी हाँ कि इदां दे अपने होर भी बंदी हैं जिहड़े कि बहुत सालों तो जेलों में हैं, जिन्हां की सिख लीफ वालों मदद की जाती, पर यह सब कुछ तुहाडी सहायता तुहाडे सहयोग के नाल ही मुमकिन है। मैं फिर कहांगी संगत जी, अपने स्टैंडिंग ऑर्डर सैटअप कराओ, जिन्हें भी तिल फुल तुसीं दे सकते हो दो, जिहड़े कि आपां उन्हां बंदियां दी मदद कर सके, वह भी अपने परिवारां विच भर सकन। ते जिद्दां भाई वरियाम सिंह जी दीआं दिलों इच्छावां जिहड़ियां सानूं पूरियां कीतीआं गईआं, ते आपां दूजी बंदियां दीआं भी वह पूरियां कर सकीए। ते हुण संगत जी साडा जाण दा टाइम हो गया, ते असीं अगले हफ्ते फिर हाजिर होवांगे। तद तक लई सानूं इजाजत दिओ। वाहिगुरू जी का खालसा, वाहिगुरू जी की फतेह।